ਜਿੱਥੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਫਰੀਦਕੋਟ ਦਾ ਦੌਰਾ ਕੀਤਾ ਗਿਆ ਉੱਥੇ ਹੀ ਪੰਜਾਬ ਕਾਂਗਰਸ ਦੀ ਫੁੱਟ ਇੱਕ ਵਾਰ ਫਿਰ ਸਾਹਮਣੇ ਆਈ। ਕੈਪਟਨ ਅਮਰਿੰਦਰ ਸਿੰਘ ਦੇ ਫਰੀਦਕੋਟ ਦੌਰੇ ਦੌਰਾਨ ਪੰਜਾਬ ਕਾਂਗਰਸ ਦੀ ਫੁੱਟ ਇੱਕਦਮ ਪੂਰੀ ਤਰ੍ਹਾਂ ਸਾਹਮਣੇ ਆਈ। ਕੈਪਟਨ ਅਮਰਿੰਦਰ ਸਿੰਘ ਦਾ ਕਾਫਲਾ ਜਦੋਂ ਫਰੀਦਕੋਟ ਪੁੱਜਾ ਤਾਂ ਕੈਪਟਨ ਖੇਮੇ ਦੇ ਵਿਰੋਧੀ ਗਰੁੱਪ ਨੇ ਕੈਪਟਨ ਅਮਰਿੰਦਰ ਸਿੰਘ ਦੇ ਕਾਫਲੇ ਦਾ ਘਿਰਾਓ ਕੀਤਾ ਅਤੇ ਨਾਅਰੇਬਾਜ਼ੀ ਕੀਤੀ, ਜਿਸ ਦੇ ਬਾਅਦ ਪਾਰਟੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਗੱਡੀ 'ਚੋਂ ਉਤਰ ਕੇ ਪਾਰਟੀ ਵਰਕਰਾਂ ਦੀ ਨਾਰਾਜ਼ਗੀ ਦਾ ਕਾਰਨ ਪੁੱਛਣ ਪਹੁੰਚੇ। ਇਸ ਮੌਕੇ ਉੱਤੇ ਕੈਪਟਨ ਅਮਰਿੰਦਰ ਸਿੰਘ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਇੱਕਜੁੱਟ ਹੈ, ਥੋੜ੍ਹੇ ਬਹੁਤ ਮਨ ਮੁਟਾਵ ਤਾਂ ਹਰ ਪਾਰਟੀ 'ਚ ਚੱਲਦੇ ਰਹਿੰਦੇ ਨੇ। ਗਰੁੱਪਿਜ਼ਮ ਤਾਂ ਹਰ ਪਾਰਟੀ 'ਚ ਹੁੰਦੀ ਹੈ, ਥੋੜ੍ਹੀ ਬਹੁਤੇ ਕੋਈ ਖੱਬੇ ਹੁੰਦਾ, ਕੋਈ ਸੱਜੇ ਹੁੰਦਾ, ਕੋਈ ਹੁੰਦਾ, ਪਰ ਹੈ ਸਾਰੇ ਪਾਰਟੀ ਦੇ ਨਾਲ। ਗੱਲ ਤੁਸੀਂ ਸਮਝੋ ਕਿ ਕਾਂਗਰਸ ਪਾਰਟੀ ਪੂਰੀ ਪੜਤਾਲ ਕਰੂ, ਪੜਤਾਲ ਕਰਕੇ ਜਿਹਨੂੰ ਅਸੀਂ ਬਣਾਉਣਾ ਹੈ ਉਹ ਬਣੇ ਔਰ ਸੋਨੀਆ ਜੀ ਬਣਾਉਣਗੇ। ਸਾਡਾ ਸਿਸਟਮ ਕੁਛ ਹੋਰ ਹੈ, ਬਾਦਲ ਵਾਂਗੂ ਘਰ ਬਹਿ ਕੇ ਨਹੀਂ ਅਸੀਂ ਕਰਦੇ। ਇੱਥੋਂ ਜਾਏਗੀ ਰੈਕਮੈਂਡੇਸ਼ਨ ਜਾਣਗੀਆਂ, ਉੱਥੇ ਸਾਡੇ ਜਨਰਲ ਸੈਕਟਰੀ ਦੀ ਕਮੇਟੀ ਹੁੰਦੀ ਹੈ, ਉਹ ਤੋਂ ਬਾਅਦ ਜਾਏਗੀ ਕਾਂਗਰਸ ਇਲੈਕਸ਼ਨ ਕਮੇਟੀ ਕੋਲ, ਜਿਹੜੀ ਕਾਂਗਰਸ ਪ੍ਰੈਜ਼ੀਡੈਂਟ ਔਰ ਵਾਈਸ ਪ੍ਰੈਜ਼ੀਡੈਂਟ ਉਹਦੀ ਮੁਤਾਬਿਕ ਕਰਨਗੇ ਉੱਥੇ ਫੈਸਲੇ। ਇਹ ਸਿਰਫ PCC ਨਹੀਂ, AICC ਵੀ ਆਪਣੀ ਪੜਤਾਲ ਕਰ ਰਹੀਆਂ, ਸਾਰੇ ਕਰਨਗੇ। ਇਹ ਇੱਕ ਬੰਦੇ ਨਾਲ ਨਹੀਂ ਹੁੰਦਾ, ਇਹ ਤਾਂ ਕਈਆਂ ਦੀ ਰੈਕਮੈਂਡੇਸ਼ਨ ਜਾ ਕੇ ਉੱਥੇ ਪਹੁੰਚੇਗਾ।